ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਕੀਤੀ ਛੇੜਛਾੜ। ਨੌਕਰੀ ਦੀ ਭਾਲ ਲਈ ਗਈ ਸੀ, ਬਜ਼ੁਰਗ ਨੇ ਕੀਤਾ ਦੁਸ਼ਕਰਮ। ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਜ਼ੁਰਗ ਤੇ 19 ਸਾਲਾ ਲੜਕੀ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਨੌਕਰੀ ਦੀ ਭਾਲ ਲਈ ਇਹ ਲੜਕੀ ਉੱਥੇ ਗਈ ਸੀ ਅਤੇ ਬਾਅਦ ਵਿੱਚ ਉਸ ਉੱਥੋਂ ਦੇ ਮਾਲਕ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ। ਹਾਲਾਂਕਿ ਪਹਿਲਾਂ ਇਹ ਲੜਕੀ ਇੱਕ ਜਗ੍ਹਾ ਨੌਕਰੀ ਕਰਦੀ ਸੀ, ਜਿੱਥੇ ਤਨਖਾਹ ਨੂੰ ਲੈ ਕੇ ਉਸਨੂੰ ਕਈ ਦਿੱਕਤਾਂ ਆ ਰਹੀਆਂ ਸੀ, ਅਤੇ ਫਿਰ ਇੱਕ ਵਧੀਆ ਮਾਹੌਲ 'ਚ ਨੌਕਰੀ ਕਰਨ ਦੇ ਲਈ ਉਹ ਉਸ ਜਗ੍ਹਾ 'ਤੇ ਪਹੁੰਚਦੀ ਹੈ ਜਿੱਥੇ ਕਿ ਉਸਨੂੰ ਲੱਗਦਾ ਹੈ ਕਿ ਹਾਂ, ਇੱਥੇ ਮਾਹੌਲ ਹੁਣ ਠੀਕ ਹੈ ਅਤੇ ਮੈਂ ਇੱਥੇ ਕੰਮ ਕਰ ਸਕਦੀ ਹਾਂ। ਪਰ ਉੱਥੋਂ ਦੇ ਮਾਲਕਾਂ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ। ਹਾਲਾਂਕਿ ਇਲਜ਼ਾਮ ਲੱਗੇ ਨੇ ਕਿ ਉੱਥੋਂ ਦੇ ਇੱਕ ਬਜ਼ੁਰਗ ਵਿਅਕਤੀ ਦੇ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ ਹੈ। ਕਈ ਦਿਨ ਤੱਕ ਉਹ ਘਰ ਆ ਕੇ ਚੁੱਪੀ ਧਰੀ ਰਹਿੰਦੀ ਹੈ ਅਤੇ ਉਸ ਦੇ ਵੱਲੋਂ ਪਰਿਵਾਰ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ। ਪਰ ਜਦ ਇਸ ਘਟਨਾ ਨੂੰ ਲੈ ਕੇ ਉਹ ਸਦਮੇ 'ਚ ਰਹਿੰਦੀ ਹੈ ਅਤੇ ਖੁਦ ਗੁੰਮਸੁੰਮ ਰਹਿੰਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਅਤੇ ਫਿਰ ਪਰਿਵਾਰਕ ਮੈਂਬਰ ਉਸਨੂੰ ਕੋਲ ਬਿਠਾਉਂਦੇ ਨੇ ਪੀੜਤਾਂ ਨੂੰ ਅਤੇ ਪੁੱਛਦੇ ਨੇ ਕਿ ਹਾਲਾਂਕਿ ਕੀ ਹੋਇਆ ਸੀ। ਪਰ ਫਿਰ ਜਦ ਮਾਮਲਾ ਸਾਹਮਣੇ ਆਉਂਦਾ ਤਾਂ ਪਤਾ ਲੱਗਦਾ ਹੈ ਕਿ ਜਿੱਥੇ ਉਹ ਨੌਕਰੀ ਲਈ ਗਈ ਸੀ ਉੱਥੋਂ ਦੇ ਇੱਕ ਬਜ਼ੁਰਗ ਦੇ ਵੱਲੋਂ ਉਸਦੇ ਨਾਲ ਛੇੜਛਾੜ ਕੀਤੀ ਗਈ ਸੀ। ਹਾਲਾਂਕਿ ਜਾਣਕਾਰੀ 'ਚ ਇਹ ਵੀ ਪਤਾ ਲੱਗਿਆ ਹੈ ਕਿ ਉਹ ਬਜ਼ੁਰਗ ਅੰਮ੍ਰਿਤਧਾਰੀ ਹੈ ਅਤੇ ਉਸਦੇ ਵੱਲੋਂ ਇਹ ਜੋ ਛੇੜਛਾੜ ਦਾ ਮਾਮਲਾ ਹੈ ਉਹ ਸਾਹਮਣੇ ਆਇਆ ਹੈ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਸ ਬਾਬਤ ਕਹਿ ਚੁੱਕੇ ਹਾਂ ਪਰ ਹੁਣ ਕਈ ਦਿਨ ਹੋ ਚੁੱਕੇ ਨੇ ਅਤੇ ਪੁਲਿਸ ਦੇ ਵੱਲੋਂ ਕੋਈ ਵੀ ਇਸ ਬਾਬਤ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਜਦ ਦਲ ਖਾਲਸਾ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਪਰਿਵਾਰ ਦੇ ਹੱਕ ਵਿੱਚ ਅੱਗੇ ਆਉਂਦੇ ਨੇ, ਪਰਿਵਾਰ ਨੂੰ ਇਨਸਾਫ ਦਿਲਵਾਉਣ ਦੀ ਗੱਲ ਕਰਦੇ ਨੇ ਅਤੇ ਇੱਥੋਂ ਤੱਕ ਕਿ ਪੁਲਿਸ ਨੂੰ ਚੇਤਾਵਨੀ ਵੀ ਦਿੰਦੇ ਨੇ ਕਿ ਜੇ ਹੁਣ ਕਾਰਵਾਈ ਨਹੀਂ ਹੋਈ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਹਾਲਾਂਕਿ ਦਲ ਖਾਲਸਾ ਦਾ ਵੀ ਇਹੀ ਕਹਿਣਾ ਹੈ ਕਿ ਅੰਮ੍ਰਿਤਧਾਰੀ ਹੁੰਦਿਆਂ ਹੋਇਆ ਸ਼ਖਸ ਦੇ ਵੱਲੋਂ ਜੋ ਹਰਕਤ ਕੀਤੀ ਗਈ ਹੈ ਇਹ ਮੰਦਭਾਗੀ ਹੈ ਅਤੇ ਉਹ 19 ਸਾਲਾ ਲੜਕੀ ਜੋ ਪੀੜਤਾ ਹੈ ਉਹ ਫਿਲਹਾਲ ਹਸਪਤਾਲ ਵਿੱਚ ਦਾਖਲ ਹੈ, ਸਦਮੇ ਦੇ ਵਿੱਚ ਹੈ। ਪਰਿਵਾਰ 'ਤੇ ਵੀ ਕਹਿ ਸਕਦੇ ਹਾਂ ਕਿ ਫਿਲਹਾਲ ਦੁਖਦਾਈ ਮਾਹੌਲ ਬਣਿਆ ਹੋਇਆ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ। ਫਿਲਹਾਲ ਪੁਲਿਸ ਨੇ ਇਸ ਬਾਬਤ ਜੋ ਜਾਂਚ ਪੜਤਾਲ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਸਟਰ ਨਾਲ ਗੱਲ ਕੀਤੀ ਤਾਂ ਉਹਨੇ ਫਿਰ ਆਪਣੇ ਮਤਲਬ ਸਾਡੇ ਬ੍ਰਦਰ ਹੈਗੇ ਉਹਨਾਂ ਦੇ ਅਤੇ ਚਾਚੇ ਦੇ ਮੁੰਡੇ ਦਾ, ਉਹਨਾਂ ਨੂੰ ਫਿਰ ਨਾਲ ਲੈ ਕੇ ਉਹ ਸਿਰਫ ਮੈਨੂੰ ਵੀ ਨਹੀਂ ਦੱਸਿਆ, ਉਹਨਾਂ ਨੇ ਪੁੱਛਣੇ ਆ ਗਏ ਵੀ ਚਲੋ ਕੱਲੂ ਵੱਡੀ ਪ੍ਰੋਬਲਮ ਆਵੇ ਵੀ ਚੱਲ ਅਸੀਂ ਪੁੱਛ ਲੈਂਦੇ ਹਾਂ। ਪੁੱਛਣ ਆਏ ਤਾਂ ਉਹਨਾਂ ਨੇ ਮਤਲਬ ਕੁੜੀ ਨੂੰ ਹੀ ਗਲਤ ਪਾਇਆ ਵੀ ਨਹੀਂ ਤੂੰ ਝੂਠ ਬੋਲਦੀ, ਝੂਠ ਬੋਲਦੀ ਆ ਅਤੇ ਮੈਨੂੰ ਫਿਰ ਤੋਂ ਫੋਨ ਜਾਂਦਾ ਆ ਵੀ ਤੁਸੀਂ ਛੇਤੀ ਇੱਥੇ ਆਵੋ, ਇੱਦਾਂ ਗੱਲਬਾਤ ਹੋ ਗਈ ਆ ਵੀ ਇਹ ਰੋਈ ਜਾਂਦੀ ਸੀ ਕੁੜੀ ਮੇਰੀ। ਅਤੇ ਜਿਵੇਂ ਮੈਂ ਇੱਥੇ ਆਇਆ ਤਾਂ ਮੈਂ ਅਣਕੜ ਨੂੰ ਜਿਵੇਂ ਪੁੱਛਣ ਦੀ ਕੋਸ਼ਿਸ਼ ਕੀਤੀ, ਜਿਵੇਂ ਪੁੱਛਣ ਹੀ ਲੱਗਾ ਸੀ ਤਾਂ ਜਦ ਤੱਕ ਮੈਂ ਦੋ ਚਾਰ ਗੱਲਾਂ ਹੀ ਕੀਤੀਆਂ, ਕਹਿੰਦਾ ਮੇਰੇ ਤੋਂ 80 ਕੁੜੀਆਂ ਮੇਰੇ ਤੋਂ ਕੰਮ ਕਰ ਚੁੱਕੀਆਂ। ਮੈਂ ਕਿਹਾ ਦੇਖੋ 80 ਕੁੜੀਆਂ ਕੰਮ ਕਰ ਚੁੱਕੀਆਂ ਤਾਂ ਮੈਨੂੰ ਇੱਕ ਦੱਸ ਦੇ ਤੇਰੇ ਤੋਂ ਕਿਹੜੀ ਕੁੜੀ ਆ ਇਸ ਵੇਲੇ ਵੀ ਤੂੰ ਇੱਕ ਨਾਲ ਗੱਲ ਕਰਾ ਦੇ ਮੇਰੀ। ਅਤੇ ਉਹ ਕਹਿੰਦਾ ਨਹੀਂ ਆਲੇ ਦੁਆਲੇ ਦੁਕਾਨ ਵਾਲੇ ਪੁੱਛਣ। ਮੈਂ ਕਿਹਾ ਦੁਕਾਨ ਵਾਲੇ ਕਿਹੜਾ ਤੇਰੇ ਕੋਲ ਚੈੱਕ ਕਰਾਉਂਦੇ ਆ ਵੀ ਤੂੰ ਦੱਸ ਮੈਨੂੰ ਵੀ ਤੇ ਉਸ ਗਿਆਨੀ ਤੇ ਇੰਨੀ ਹੋ ਗਿਆ ਅੰਮ੍ਰਿਤਧਾਰੀ ਹੋ ਕੇ ਤੂੰ ਬੰਦਾ ਇਹੋ ਜਿਹਾ ਕੰਮ ਕਰਦਾ ਆ, ਅਸੀਂ ਤਾਂ ਲੋਕਾਂ ਨੂੰ ਸ਼ਿਕਸ਼ਾ ਦੇ ਦੀ ਵੀ ਗਿਆਨੀ ਬੰਦੇ ਕੋਲ ਜਾ ਕੇ ਉਹਨਾਂ ਦੀ ਹੈਲਪ ਮੰਗਣੀ ਆ ਤੂੰ ਆਪ ਹੀ ਇਹ ਕਰਤੂਤਾਂ ਕਰਦਾ ਆ। ਅਤੇ ਜਦ ਮੈਂ ਉਹਨਾਂ ਇਹ ਬਹਿਸ ਗੱਲ ਕਰਦਾ ਪਿਆ ਸੀ ਜਦ ਤਾਂ ਮੇਰੀ ਕੁੜੀ ਬੇਹੋਸ਼ ਹੋ ਗਈ ਅਤੇ ਫਿਰ ਮੈਂ ਉਹਨੂੰ ਚੱਕ ਕੇ ਪਹਿਲਾਂ ਮੈਡੀਕਲ ਸਟੋਰ 'ਤੇ ਲੈ ਗਿਆ ਅਤੇ ਮੈਡੀਕਲ ਸਟੋਰ ਵਾਲਿਆਂ ਨੇ ਜਵਾਬ ਦਿੱਤਾ, ਫਿਰ ਮੈਂ ਮਹਿਤਾ ਕਲੀਨਿਕ ਦੇ ਲੈ ਗਿਆ, ਉਹਨਾਂ ਨੇ ਵੀ ਮੈਨੂੰ ਜਵਾਬ ਦਿੱਤਾ, ਫਿਰ ਮੈਂ ਉਹਨੂੰ ਸਿਵਾਸਤਾ ਲੈ ਗਿਆ ਅਤੇ ਉੱਥੇ ਵੀ ਟ੍ਰੀਟਮੈਂਟ ਹੋਇਆ ਉਹਦਾ। ਅਤੇ ਉੱਥੋਂ ਹੀ ਫਿਰ ਮਤਲਬ ਸਾਰਾ ਗਾਹਾਂ ਜੋ ਵੀ ਉਹਦੀ ਰਿਪੋਰਟ ਬਣੀ ਹੈ ਮੈਡੀਕਲ ਹੋਇਆ, ਮੈਡੀਕਲ ਕਰਾਇਆ ਅਤੇ ਮੁੜ ਕੇ ਅਸੀਂ ਵੀ ਹੁਣ ਪਹਿਲਾਂ ਤਾਂ ਸਿਟੀ ਥਾਣੇ 'ਤੇ ਸਾਡੀ ਗੱਲਬਾਤ ਹੋਈ ਆ ਅਤੇ ਉਹਨਾਂ ਨੇ ਗਾਹਾਂ ਸਾਨੂੰ DSP ਦੇ ਭੇਜ ਦਿੱਤਾ। ਹੁਣ ਕਿੰਨੀ ਤਰੀਕ ਦੀ ਵਾਰਦਾਤ? ਇਹ 4 ਤਰੀਕ ਦੀ ਵਾਰਦਾਤ ਹੈ ਜੀ। ਹਜੇ ਕੁਛ ਸਹਿਯੋਗ ਨਹੀਂ ਮਿਲਿਆ ਜੀ, ਪਹਿਲਾਂ ਤਾਂ ਸਾਨੂੰ ਇੱਥੇ DSP ਸਾਹਿਬ ਉਹਨਾਂ ਨੇ ਬਈ 12 ਤਰੀਕ ਨੂੰ ਸੱਦਿਆ ਸੀਗਾ
ਤੇ ਉਹਨਾਂ ਨੇ ਬਿਆਨਬਾਜ਼ੀ ਨੋਟ ਕਰਕੇ ਭੇਜ ਦਿੱਤਾ ਸੀਗਾ। ਮੁੜ ਕੇ 14 ਨੂੰ ਸੱਦਿਆ ਸੀਗਾ, 14 ਨੂੰ ਅਸੀਂ ਆਏ ਹਾਂ ਤੇ 14 ਨੂੰ ਸਾਹਿਬ ਹੁਣੀ ਆਪ ਨਹੀਂ ਆਏ, ਤੇ ਉਹਨੇ ਡੀਡਰ ਨੇ ਗੱਲ ਕਰਕੇ ਤੇ ਸਾਨੂੰ ਫਿਰ ਭੇਜਤਾ, ਕਹਿੰਦੇ 16 ਤਰੀਕ ਨੂੰ ਹੁਣ ਆਇਓ। ਅੱਛਾ, ਫਿਰ ਤੁਸੀਂ ਜਥੇਬੰਦੀਆਂ ਦੇ ਨਾਲ ਆਏ ਹੋ, ਕੀ ਤੁਹਾਨੂੰ ਟਾਈਮ ਮਿਲਿਆ ਵੀ ਅੱਜ ਤੁਹਾਨੂੰ ਸੱਦਿਆ ਗਿਆ ਕਿ ਤੁਸੀਂ ਆਪਣੇ ਆਪ? ਨਹੀਂ, ਸੱਦਿਆ ਗਿਆ ਸੀ, ਉਹਨਾਂ ਨੇ ਕਿਹਾ ਸੀ ਵੀ 16 ਨੂੰ ਆਇਓ, ਬਾਕੀ ਫੋਨ ਕਰਾਂਗੇ, ਕਹਿੰਦੇ ਫੋਨ ਕਰਕੇ ਆਇਓ, ਤੇ ਅਸੀਂ ਤੁਹਾਨੂੰ ਕੋਈ ਕੋਲ ਨਹੀਂ ਆਈ ਤਾਂ ਨਾ ਹੋਰ ਗੱਲਬਾਤ ਹੋਈ, ਅਸੀਂ ਹੁਣ ਆ ਗਏ ਹਾਂ। ਕੀ ਮੰਗ ਕਰਦੇ ਹੋ? ਮੰਗ ਬਸ ਮੇਰੀ ਇਹੀ ਆ, ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਤੇ ਕਿੰਨੀ ਉਮਰ ਹੈ ਬੇਟੀ? ਬੇਟੀ 18 ਸਾਲ ਦੀ ਹੋਈ ਹੈ, 19ਵਾਂ ਲੱਗਾ ਉਹਨੂੰ, ਅਜੇ ਕੱਲ੍ਹ ਲੱਗਾ ਜੀ 19ਵਾਂ। ਇੱਕ ਬੱਚੀ ਦੇ ਨਾਲ ਆਨੰਦ ਭਾਅ ਜੀ ਘਟਨਾ ਦਾ ਮਾਮਲਾ ਸਾਹਮਣੇ ਆਇਆ, ਕੀ ਮਾਮਲਾ ਹੈ? ਕੀ ਮਾਮਲਾ ਹੈ ਤੇ ਕੀ ਕਦੋਂ ਦਾ ਮਾਮਲਾ ਹੈ? ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਇਹ ਹੈ ਕਿ ਜੇ ਲੜਕੀ ਜਿਹੜੀ ਹੈਗੀ ਹੈ, ਸਾਨੂੰ ਜਦੋਂ ਇਹ ਮਾਮਲਾ ਸਾਡੇ ਨੋਟਿਸ 'ਚ ਆਇਆ, ਸਾਡੇ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਨੇ ਦੇਖਿਆ ਵੀ ਇੱਕ ਕੁੜੀ ਨਾਲ ਧੱਕਾ ਹੋ ਰਿਹਾ, ਤੇ ਕੁੜੀ ਨਾਲ ਧੱਕਾ ਜਿਹੜਾ ਹੋ ਰਿਹਾ ਔਰ ਉੱਪਰੋਂ ਉਹਨੂੰ ਧਮਕੀਆਂ ਵੀ ਦੇ ਰਹੇ ਆ। ਇੱਕ ਤਾਂ ਕੁੜੀ ਕੰਮ ਪੁੱਛਣ ਗਈ, ਚਲੋ ਪਹਿਲਾਂ ਕਿਸੇ ਜਗ੍ਹਾ ਕੰਮ ਕਰਦੀ ਆ, ਨਹੀਂ ਮਤਲਬ ਸੈਲਰੀ ਘੱਟ ਹੈ ਜਾਂ ਉੱਥੋਂ ਹਟ ਗਈ ਹੈ, ਦੁਬਾਰਾ ਕਿਸੇ ਬਾਹਰ ਪੋਸਟਰ ਦੇਖ ਕੇ ਜਾਂਦੀ ਹੈ ਵੀ ਇੱਥੇ ਇੱਕ ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਓਨਰ, ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਾਨੂੰ ਜੋਬ ਦੀ ਲੋੜ ਹੈ। ਤਾਂ ਉਹਨਾਂ ਜਿਹੜੀ ਹਰਕਤ ਹੋਈ ਹੈਗੀ ਆ, ਸਾਨੂੰ ਤਾਂ ਇਹ ਲੱਗਦਾ ਵੀ ਜਿਸ ਤਰ੍ਹਾਂ ਇੱਕ ਅੰਮ੍ਰਿਤਧਾਰੀ ਸਿੱਖ ਹੈਗਾ ਔਰ ਉਮਰ ਦਾ ਵੀ ਸਿਆਣਾ ਆ, ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਆਉਂਦਾ ਵੀ ਇਹ ਗੱਲ ਕੁੜੀ ਝੂਠ ਬੋਲਦੀ ਹੈਗੀ ਆ, ਪਰ ਜਿਸ ਤਰ੍ਹਾਂ ਹੌਸਪੀਟਲ 'ਚ ਜਾ ਕੇ ਕੁੜੀ ਦੀ ਹਾਲਤ ਦੇ ਮਤਲਬ ਮੌਕੇ 'ਤੇ ਦੇਖੀ ਆ, ਜਾਂ ਉੱਥੇ ਜਿਹੜੇ ਡਾਕਟਰ ਸਾਹਿਬ ਸੀ ਸਿਵਲ ਹੌਸਪੀਟਲ 'ਚ, ਉਹਨਾਂ ਨਾਲ ਗੱਲਬਾਤ ਹੋਈ ਆ, ਉਹਨਾਂ ਨੇ ਵੀ ਇਸ ਗੱਲ ਨੂੰ ਬੋਲਿਆ ਵੀ ਇਸ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਨਹੀਂ ਹੈ, ਵੀ ਜਿਹੜੀ ਇਹ ਬੇਹੋਸ਼ ਹੋਈ ਉਹ ਦਹਿਲ ਬਹੁਤ ਗਈ ਉਹ ਕੁੜੀ, ਡਰ ਗਈ ਹੋਈ ਆ। ਇਹ ਦੇਖੋ ਵੀ ਜਿਸ ਦਿਨ ਇਹ ਘਟਨਾ ਘਟੀ ਆ, ਕੁੜੀ ਦੇ ਆਪਣੇ ਪੇਰੈਂਟਸ ਆਪਣੇ ਭਾਈ ਭੈਣਾਂ ਨਾਲ ਲੈ ਕੇ ਗਏ ਆ, 3 ਦਿਨ ਪਹਿਲਾਂ ਘਟਨਾ ਘਟੀ ਆ, ਦੁਬਾਰਾ ਕੁੜੀ ਉਹ ਬੰਦੇ ਨੂੰ ਦੇਖ ਕੇ ਫਿਰ ਅਨਕੌਂਸ਼ੀਅਸ ਹੋ ਜਾਂਦੀ ਹੈ ਔਰ ਉਸਨੂੰ ਡਰਾਇਆ ਗਿਆ। ਅਸੀਂ ਸੁਣਿਆ ਵੀ ਜਿੱਦਾਂ ਹੈ ਨਾ ਬਹੁਤ ਚੀਜ਼ਾਂ ਹੁੰਦੀਆਂ ਵੀ ਝੂਠ ਬੋਲ ਦਿੱਤੀਆਂ ਜਾਂਦੀਆਂ ਵੀ ਜੇ ਮਤਲਬ ਕੇਸ ਨੂੰ ਉੱਪਰ ਕਰਨ ਲਈ, ਪਰ ਉਹ ਸੀਨ ਜਿਸਲੇ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋਸ਼ 'ਤੇ ਹੀ ਸਿਵਲ ਹੌਸਪੀਟਲ 'ਚ ਐਡਮਿਟ, ਉਹ ਡਾਕਟਰਾਂ ਸਾਹਿਬ ਨੂੰ ਪਤਾ, ਇਨਕੁਆਇਰੀ ਕਰ ਲਓ ਚਾਹੇ। ਫਿਰ ਉਸ ਤੋਂ ਇਲਾਵਾ ਵੀ ਜਦੋਂ ਸਿਟੀ ਥਾਣੇ 'ਚ ਅਸੀਂ 112 'ਤੇ ਕੰਪਲੇਂਟ ਇਹਨਾਂ ਨੇ ਘਰਦਿਆਂ ਨੇ ਪਾਈ ਸੀਗੀ, ਮਤਲਬ ਸਿਟੀ ਥਾਣੇ 'ਚ ਵੀ ਸਾਨੂੰ ਜੋ ਸੁਣਵਾਈ ਹੈਗੀ ਹੈ ਉਹਨਾਂ ਨੇ ਜਿਹੜਾ ਰਾਜ਼ੀਨਾਮਾ ਆ ਕੁੜੀ ਦੀ ਮਾਂ ਅਤੇ ਕੁੜੀ ਤੋਂ ਬਿਨਾਂ ਪੁੱਛੇ ਰਾਜ਼ੀਨਾਮਾ ਲਿਖ ਚੁੱਕੇ ਸੀ, ਜੋ ਮੇਰੇ ਇੱਕ ਸਿੰਘ ਸਾਹਿਬ ਮਤਲਬ ਮੈਂ ਨਹੀਂ ਸੀਗਾ ਹਾਜ਼ਰ, ਉਹਨਾਂ ਨੇ ਉਹ ਦੇਖਿਆ ਮੌਕੇ 'ਤੇ ਪੜ੍ਹਿਆ ਅਤੇ ਰਾਜ਼ੀਨਾਮਾ, ਫਿਰ ਉਹ ਸਾਡੇ ਸਿੰਘ ਸਾਹਿਬ ਨੇ ਬੋਲਿਆ ਵੀ ਇਹ ਰਾਜ਼ੀਨਾਮਾ ਤੁਸੀਂ ਕਿਸ ਚੀਜ਼ ਦਾ ਲਿਖਦੇ ਆ, ਸਾਡੇ ਨਾਲ ਤਾਂ ਧੱਕਾ ਹੋਇਆ, ਸਾਨੂੰ ਤਾਂ ਇਨਸਾਫ ਚਾਹੀਦਾ। ਉਹਨਾਂ ਦੇ ਨਾਲ ਜਿਹੜੇ ਬਾਣੇ ਵਿੱਚ ਆਏ ਸੀ ਸਿੰਘ, ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਵੀ ਗੁਰਸਿੱਖ ਬੰਦੇ ਹੈਗੇ ਆ, ਬਾਣੇ ਵਿੱਚ ਆਏ ਬੰਦਿਆਂ ਨੇ ਜਿਹੜੇ ਸ਼ਬਦ ਬੋਲੇ ਦੱਸਾਂਗੇ ਤਾਂ ਸਾਡੀ ਹੀ ਇਨਸਲਟ ਹੁੰਦੀ ਆ। ਅਸੀਂ ਇੱਕ ਆਪਣੀ ਜਿੱਥੇ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਵੀ ਇਹ ਚੀਜ਼ਾਂ ਅਗਰ ਵਾਪਰਨਗੀਆਂ ਤਾਂ ਖਾਲਸਾ ਰਾਜ ਸਾਡਾ ਕਿੱਥੋਂ ਪੈਦਾ ਹੋ ਜਾਏਗਾ। ਹੁਣ ਦੇਖੋ ਕੁੜੀ ਹੈਗੀ ਆ ਆਪਣੇ 18 ਸਾਲ ਦੀ ਹੋਈ ਹੈਗੀ ਆ, 19 ਮਾਲ ਲੱਗਿਆ ਕੱਲ, 18 ਸਾਲ ਦੀ ਹੋਈ ਹੈਗੀ ਆ, ਉਹ 18-19 ਸਾਲ ਦੇ ਬੱਚੇ ਨੂੰ ਤਾਂ ਕੁਛ ਵੀ ਨਹੀਂ ਪਤਾ ਹੁੰਦਾ। ਹੁਣ ਅਸੀਂ ਤਾਂ ਦੇਖੋ ਵੀ ਸਾਡੇ ਬੱਚਿਆਂ ਵਰਗੀ ਆ, ਅਸੀਂ ਤਾਂ ਉਹਨੂੰ ਨਹੀਂ ਦੇਖ ਚੰਗੀ ਤਰ੍ਹਾਂ ਪਾਏ ਵੀ ਉਹਦੀ ਮਾਤਾ ਨੇ ਜੋ ਸਾਨੂੰ ਫੋਟੋਆਂ ਦਿਖਾਈਆਂ, ਜਾਂ ਜਦੋਂ ਫਿਰ ਫੋਟੋਆਂ 'ਤੇ ਵੀ ਮੈਂ ਯਕੀਨ ਨਹੀਂ ਕੀਤਾ, ਉਹ ਤਾਂ ਜਦੋਂ ਮੈਡੀਕਲ ਦਿਖਾਇਆ, ਮੈਡੀਕਲ ਵੀ ਮੈਂ 3-4 ਵਕੀਲ ਅਲੱਗ ਅਲੱਗ ਨੂੰ ਪੁੱਛਿਆ, ਉਹ ਇਸ ਕਰਕੇ ਪੁੱਛਿਆ ਇਹ ਬੇਸ਼ੱਕ ਮੈਨੂੰ ਦੋਸ਼ੀ ਠਹਿਰਾਉਣ ਵੀ ਸਾਨੂੰ ਇਹ ਵੀ ਕਿਤੇ ਗੁਰਸਿੱਖ ਬੰਦੇ ਨਾਲ ਧੱਕਾ ਤਾਂ ਨਹੀਂ ਕਰ ਰਹੇ, ਅਸੀਂ ਇੱਕ ਗੁਰਸਿੱਖ ਬੰਦੇ ਦੀ ਹੈਲਪ ਕੀਤੀ। ਪਰ ਉਹਦੇ ਵਿੱਚ ਵੀ ਜੋ ਚੀਜ਼ਾਂ ਪਾਈਆਂ ਗਈਆਂ ਸਾਰੀਆਂ ਉਹਦੇ ਬਰਖਲਾ ਪਾਈਆਂ ਗਈਆਂ। ਹੁਣ ਕੀ ਆ, ਉਹਨਾਂ ਦੇ ਜਿਹੜੇ ਸੱਜਣ ਚਾਹਵਾਨ ਜੋ ਉਹਨਾਂ ਦੇ ਚਹੇਤੇ ਹੁੰਦੇ ਆ, ਚੰਗੇ ਸ਼ਹਿਰ ਸਤਿਕਾਰਯੋਗ ਆ ਸਾਡੇ, ਵੀ ਉੱਪਰੋਂ ਮੈਨੂੰ ਧਮਕੀਆਂ ਦੇ ਰਹੇ ਆ ਵੀ ਕੁੜੀ ਵਾਲੇ ਤਾਂ ਹੈ ਹੀ ਇਦਾਂ ਦੇ ਆ ਵੀ ਤੁਹਾਨੂੰ ਮੂੰਹ ਨੀ ਮਤਲਬ ਕੋਈ ਜਗ੍ਹਾ ਨੀ ਲੱਭਣੀ ਦੇਣ ਨੂੰ, ਲੱਗਦਾ ਗਰੀਬ ਕਰਕੇ ਧੱਕਾ ਕਰ ਧੱਕਾ ਬਿਲਕੁਲ ਜੀ ਕੁੜੀ ਦੇ ਘਰਦਿਆਂ ਦਾ।
ਗੇਟ ਵੀ ਨਹੀਂ ਲੱਗਾ ਆ ਘਰ 'ਚ ਜਿੱਥੇ ਬੰਦਾ ਰਹਿੰਦਾ ਹੋਵੇ। ਜੇ ਕੁੜੀ ਉਹ ਬੋਲਦੇ ਵੀ 10-10 ਲੱਖ ਰੁਪਈਆ ਲੈ ਕੇ ਵੀ ਇਹਨਾਂ ਦਾ ਕਰੈਕਟਰ ਇਹ ਹੈ। ਸਾਨੂੰ ਸ਼ਰਮ ਆਉਂਦੀ, ਰਾਤ ਨੂੰ ਮੈਂ ਫੋਨ ਕੀਤਾ ਭਾਈ ਉਹਨਾਂ ਨੂੰ, ਇਹਨਾਂ ਨੇ ਸ਼ਾਇਦ ਮੇਰੇ ਨਾਲ ਵੀ ਗੁੱਸਾ ਗਿਲਾ ਕੀਤਾ ਆ, ਜਾਇਜ਼ ਬਣਦਾ ਮੈਨੂੰ ਕੋਈ ਇਹਨਾਂ 'ਤੇ ਸ਼ਿਕਵਾ ਨਹੀਂ ਹੈਗਾ। ਜਿਹਦੀ ਧੀ ਨੂੰ ਅਸੀਂ ਕਹਾਂਗੇ ਤੁਸੀਂ ਪਹਿਲਾਂ ਤਾਂ ਨਹੀਂ ਵੀ 10-10 ਲੱਖ ਲੈ ਕੇ ਕਿਤੇ ਰਾਜੀਨਾਮੇ ਕੀਤੇ ਹੋ, ਵੀ ਸਾਨੂੰ ਇਹ ਚੀਜ਼ਾਂ ਸੁਣਨੇ ਨੂੰ ਮਿਲਦੀਆਂ। ਗੁੱਸਾ ਤਾਂ ਲੱਗਦਾ ਜੇ ਕਿਸੇ ਬੱਚੇ ਨੇ, ਇੱਕ ਤਾਂ ਧੱਕਾ ਹੋਇਆ ਆ ਉਹ ਕੁੜੀ, ਦੇਖੋ ਇੰਨੀ ਹਜੇ ਵੀ ਕੋਠੇ ਤੋਂ 2 ਵਾਰੀ ਛਾਲ ਮਾਰਨ ਦੀ, ਜੋ ਕਿ ਉਹਦੀ ਬੜੀ ਭੈਣ ਨੇ ਦੱਸਿਆ ਵੀ ਕਦੀ ਪੱਖੇ ਨਾ ਫਾ। ਆਪਣੇ ਆਪ ਨੂੰ ਉਹ ਜਦੋਂ ਵੀ ਗੱਲ ਕਰਦੀ ਆ ਕਿ ਮੈਨੂੰ ਘਿਰਣਾ ਆਉਂਦੀ ਆ, ਮੈਨੂੰ ਮਤਲਬ ਗੰਦੀ ਹੋ ਗਈ ਆ। ਉਹਨਾਂ ਜੋ ਕੁਛ ਹੋਇਆ ਅਸੀਂ ਦੱਸ ਨਹੀਂ ਸਕਦੇ। ਕੀ ਮੰਗ ਕਰਦੇ ਆ? ਮੰਗ ਤਾਂ ਜਨਾਬ ਇੱਦਾਂ ਵੀ ਜੇ ਜਿਸ ਤਰ੍ਹਾਂ ਉਹਨਾਂ ਦੇ ਵੀ ਜਿਹੜੇ ਆਏ ਸਿੰਘ, ਅਸੀਂ ਉਹਨਾਂ ਨੂੰ ਵੀ ਸਤਿਕਾਰਯੋਗ ਹੈ, ਇਹੀ ਗੱਲ ਬੋਲੀ ਹੈ। ਜੇ ਤਾਂ ਤੁਸੀਂ ਕਿਸੇ ਐਂਗਲ ਤੋਂ ਉਹ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਸਿੰਘ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ, ਉਹ ਸ਼ੈਤਾਨ ਬੰਦਾ ਆ, ਉਹ ਤਾਂ ਅੰਮ੍ਰਿਤ ਛਕਿਆ ਵੀ ਭੰਗ ਕਰਨਾ ਚਾਹੀਦਾ ਹੈ ਨਾ। ਉਸ ਤੋਂ ਇਲਾਵਾ ਉਹਨੂੰ ਸਜ਼ਾ ਇੱਦਾਂ ਦੀ ਮਿਲੇ, ਕੱਲ੍ਹ ਨੂੰ ਕੋਈ ਸਾਡਾ ਹੋਰ ਸਿੱਖ ਉਹਦਾ ਕਰੈਕਟਰ ਜਿਹੜਾ ਪਹਿਲਾਂ ਹੀ ਸਰਕਾਰਾਂ ਦੀ ਨਜ਼ਰਾਂ 'ਚ ਗੰਦਾ ਗਿਣਿਆ ਗਿਆ, ਸਾਨੂੰ ਉਸਦਾ ਆਪਣਾ ਕਰੈਕਟਰ ਸੋਚਦੇ ਹਾਂ ਵੀ ਲੋਕਾਂ ਦੀ ਨਜ਼ਰਾਂ 'ਚ ਇੱਕ ਸਿੱਖ ਦੇ ਕਰੈਕਟਰ ਮਤਲਬ ਜੋ ਕਿ ਹੈ। ਹੁਣ ਇਹਨਾਂ ਦੇ ਕੁੜੀ ਦੇ ਫਾਦਰ ਸਾਹਿਬ ਦੀ ਗੱਲ ਸੀ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ, ਵੀ ਕੱਲ੍ਹ ਬਾਜ਼ਾਰ 'ਚ ਵੀ ਕਦੀ ਕੋਈ ਜਾਂਦੇ, ਕਦੀ ਲੋੜ ਪੈ ਜਾਵੇ ਲਾਗੇ ਕੋਈ ਸਿੱਖ ਬੰਦਾ ਖੜਿਆ ਹੋਇਆ, ਉਹਨੇ ਕੋਈ ਜਲਦੀ ਹੈਲਪ ਉਹਦੀ ਮੰਗ ਲੈਣੀ ਆ। ਪਰ ਜਦੋਂ ਉਹਦੀ ਕੁੜੀ ਦੀ ਮਾਤਾ ਵੱਲੋਂ ਸ਼ਬਦ ਮੂੰਹ 'ਚੋਂ ਨਿਕਲੇ ਗੁੱਸੇ ਦੇ ਵਿੱਚ, ਤਾਂ ਅਸੀਂ ਭੈਣ ਜੀ ਨੂੰ ਇਹ ਗੱਲ ਬੋਲੀ ਸੀ ਸਾਨੂੰ ਭਾਈ ਚਾਹੇ ਉਹ ਸਿੱਖ ਆ, ਪਰ ਸਿੱਖ ਦਾ ਮਸਲਾ ਨਹੀਂ ਆ, ਜੇ ਗਲਤ ਤਾਂ ਆਪਾਂ ਤੁਹਾਡੇ ਨਾਲ ਖੜਾਂਗੇ। ਹੁਣ ਤੱਕ ਆਪਾਂ ਜ਼ਮੀਰ ਆਪਣਾ ਜਾਗਦਾ ਆ, ਇੱਦਾਂ ਨਹੀਂ ਹੈ। ਅਸੀਂ ਇਹ ਵੀ ਕਹਿੰਦੇ ਹਾਂ ਜੇ ਉਹ ਬੰਦਾ ਆਪਣਾ ਗੁਰੂ ਮਹਾਰਾਜ ਦੇ ਦਿੱਤੇ ਕਿਤੇ ਟੈਸਟ ਵਿੱਚੋਂ ਫੇਲ ਹੋ ਗਿਆ, ਗਲਤੀ ਹੋ ਗਈ ਹੈ, ਉਹ ਆਪਣੀ ਮਾਫ਼ੀ ਮੰਗ ਲਵੇ। ਮਾਫ਼ੀ ਵੀ ਨਹੀਂ ਮੰਗਦਾ, ਅਸੀਂ ਗੁਰਮਰਿਆਦਾ ਅਨੁਸਾਰ ਗੁਰੂ ਘਰ 'ਚ ਬੈਠ ਕੇ ਵੀ ਉਹਨੂੰ ਸਜ਼ਾ ਦੇ ਦਾਂਗੇ। ਸਰ ਉਹ ਤਾਂ ਉਲਟਾ ਮੈਨੂੰ ਕਹਿੰਦੇ ਵੀ ਤੈਨੂੰ ਟਾਈਮ ਪੈਣ ਤੇ ਪਤਾ ਲੱਗ ਜਾਏਗਾ ਹਿਸਾਬ ਕਿਤਾਬ। ਮੈਂ ਆਪਣੇ ਹਿਸਾਬ ਕਿਤਾਬ ਕੀ ਦੇਖਾਂ ਵੀ ਇੱਕ ਜੇ ਮਤਲਬ ਗਰੀਬ ਨਾਲ ਕਿਸੇ ਕੁੜੀ ਨਾਲ ਮਤਲਬ ਜਿਹਨੇ ਧੱਕਾ ਹੋ ਰਿਹਾ, ਦੇਖੋ ਨਾ ਤਾਂ ਮੇਰਾ ਉਹ ਦੁਸ਼ਮਣ ਹੈਗਾ ਬੰਦਾ, ਤੇ ਨਾ ਮੇਰਾ ਇਹ ਰਿਸ਼ਤੇਦਾਰ ਹੈਗੇ ਆ, ਅਸੀਂ ਤਾਂ ਇੱਕ ਵਿਚਕਾਰ ਇਨਸਾਨੀਅਤ ਤੌਰ ਤੇ ਹੈਗੇ ਜੀ। ਆਹ ਜਿਹੜੇ ਹੋਰ ਵੀ ਸਿੰਘ ਸਾਹਿਬਾਨ ਖੜੇ ਆ, ਕੋਈ ਰਿਸ਼ਤੇ ਨਾਲ ਨਹੀਂ ਕੋਈ ਆਉਂਦਾ ਹੁੰਦਾ, ਪਰ ਜਿਸ ਵੇਲੇ ਕਿਸੇ ਗਰੀਬ ਨਾਲ ਧੱਕਾ ਹੋਵੇ ਇਹਦਾ ਮਤਲਬ ਇਹ ਹੋਇਆ ਜਿਹਦੇ ਕੋਲ ਤਾਂ ਪੈਸਾ ਆ ਉਹ ਮਸਲਾ ਸਾਰਾ ਕੁਝ ਸਹੀ ਹੋ ਜਾਂਦਾ। ਹੁਣ ਪੁਲਿਸ ਪ੍ਰਸ਼ਾਸਨ ਨਾਲ ਵੀ ਥਾਣੇ ਵਿੱਚ ਵੀ ਕੋਈ ਸੁਣਵਾਈ ਨਹੀਂ ਹੋਈ, ਸਾਨੂੰ ਤਾਂ ਇੰਨਾ ਹੀ ਹੈ ਵੀ ਇਹਦੀ ਵੱਧ ਤੋਂ ਵੱਧ ਇਹ ਕੇਸ 'ਚ ਨਿਰਪੱਖ ਜਾਂਚ ਹੋਵੇ, ਕਿਸ ਨਾ ਧੱਕਾ ਨਾ ਹੋਵੇ, ਧੋਖਾ ਨਾ ਹੋਵੇ। ਠੀਕ ਹੈ ਭਾਈ, ਹਾਂ ਸਰ, ਇੱਕ ਲੜਕੀ ਦਾ ਮਸਲਾ ਹੈ ਆਪਣੇ ਕੋਲ, ਕੀ ਕੇਸ ਹੈ ਤੇ ਕੀ ਕਾਰਵਾਈ ਹੈ? ਇੱਕ ਲੜਕੀ ਦੀ ਕੰਪਲੇਂਟ ਆਈ ਸੀ, ਉਹਦੀ ਮਾਤਾ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਜੀ। ਉਹ ਮੁਤਲਕਾ ਮੈਂ ਥਾਣੇਦਾਰ ਜਿਹੜੀ ਲੇਡੀ ਥਾਣੇਦਾਰ ਅਮਰਜੀਤ ਕੌਰ ਉਹਨੂੰ ਮਾਰ ਕਰ ਦਿੱਤੀ ਹੈ ਜੀ। ਜੋ ਵੀ ਅੱਗੇ ਫਰਦਰ ਤਫਤੀਸ਼ ਦੇ ਵਿੱਚ ਗੱਲ ਆ ਗਈ ਉਹ ਸਾਹਮਣੇ ਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਜਥੇਬੰਦੀਆਂ ਦੇ ਦਬਾਅ ਹੇਠ ਜੋ ਮਹਿਕਮਾ ਹੈ ਉਸ ਕਾਰਵਾਈ ਨਹੀਂ ਕਰ ਰਹੀ। ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ, ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ, ਜੋ ਸਹੀ ਹੋਵੇਗਾ ਉਹੀ ਕਰਾਂਗੇ ਜੀ। ਠੀਕ ਹੈ ਭਾਈ।